ਸਾਡੇ ਨਾਲ ਹੋ ਗਿਆ ਸਕੈਮ, ਬੈਂਕ ਖਾਲੀ ਹੋ ਗਈ, ਪੈਸੇ ਸਾਰੇ ਮੁੱਕ ਗਏ ਹਨ। ਇੱਥੋਂ ਇਦਾਂ ਲੱਗਦੀ ਹੈ ਜਦੋਂ ਗੱਡੀ ਚੱਲਦੀ ਜਿਵੇਂ ਜਹਾਜ਼ ਉੱਡ ਰਿਹਾ ਹੁੰਦਾ, ਬੜਾ ਸੋਹਣਾ ਲੱਗਦਾ ਵਿਊ ਇੱਥੇ। ਆ ਬਜਰੀ ਪਾਉਣ ਵਾਲੇ ਟਰੈਕਟਰ ਦਾ ਮਤਲਬ ਮੂਹਰਲਾ ਟਾਇਰ ਟੁੱਟ ਗਿਆ, ਹਾਂ ਸਾਰਾ ਕੁਝ ਟੁੱਟਿਆ ਪਿਆ ਮੂਹਰੋਂ। ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਉਮੀਦ ਆ ਸਾਰੇ ਠੀਕ ਠਾਕ ਹੋਵੋਗੇ, ਆਪਣਾ ਹੀ ਵਧੀਆ ਗਾ। ਅੱਜ ਦਾ ਵਲੌਗ ਆਪਾਂ ਸਟਾਰਟ ਕਰ ਦਿਆਂਗੇ। ਹੁਣ ਮੈਂ ਗੁਰਮਨ ਨੂੰ ਛੱਡ ਕੇ ਆਇਆਂਗਾ ਬਹਾਨਾ, ਅੱਗੇ ਗੁੱਲੀ ਨੂੰ ਮੈਂ ਪਹਿਲਾਂ ਛੱਡਿਆ ਸੀਗਾ, ਆਪਣੇ ਨਾਲ ਹੋ ਗਿਆ ਗਾ ਸਕੈਮ, ਉਹ ਮੈਂ ਡਿਟੇਲ 'ਚ ਦੱਸਦਾ ਕਿਉਂਕਿ ਮੈਂ ਜਾਣਾ ਜੋਬ 'ਤੇ ਜਾਂਦਾ ਜਾਂਦਾ ਤੁਹਾਨੂੰ ਦੱਸ ਦੂੰਗਾ। ਚਲੋ ਕਰਦੇ ਹਾਂ ਫਿਰ ਆਪਾਂ ਵਲੌਗ ਸਟਾਰਟ। ਸਨੋਹ ਪਈ ਆ, ਪਹਿਲਾਂ ਸਨੋਹ ਦੇਖ ਲਓ, ਵਾਲੀ ਪੈ ਗਈ ਹੈਗੀ। ਅੱਜ ਕੂੜੇ ਵਾਲੇ ਨੇ ਵੀ ਆਉਣਾ ਕੂੜਾ ਚੱਕਣ, ਬਾਕੀ ਆਹ ਸਨੋਹ ਪੈ ਗਈ ਸੀ ਫਿਰ ਪਤਾ ਚੱਕਤੀ ਹੈਗੀ। ਬੋਟੀ ਬਜਰੀ ਮਿਲੀ ਐਤਕੀ, ਬਰੀਕ ਬਜਰੀ ਮਿਲੀ ਹੈਗੀ, ਤਾਂ ਕਰਕੇ ਸਾਰੀ ਬਰੀਕ ਬਜਰੀ ਪਈ ਹੈ ਇੱਥੇ। ਬਾਕੀ ਗੁਆਂਢੀ ਕਿਤੇ ਗਏ ਹੋਏ ਆ, ਇਹਨਾਂ ਨੇ ਸਨੋਹ ਚੱਕੀ ਨਹੀਂ ਹੈਗੀ, ਆਪਾਂ ਚੱਕਦੀ ਹੈਗੀ। ਅਤੇ ਕੂੜਾ ਚੱਕਣ ਵਾਲੇ ਆਉਣਾ ਅਤੇ ਕੂੜਾ ਚੱਕਣ ਵਾਲੇ ਹਲੇ ਆਏ ਨਹੀਂ ਹੈਗੇ। ਬਾਕੀ ਅੱਜ -15 ਡਿਗਰੀ ਹੋ ਗਿਆ ਅਤੇ ਠੰਡ ਬੜੀ ਹੋ ਗਈ ਹੈਗੀ, ਹੱਥ ਠਰਦੇ ਆ ਬਾਹਰੇ ਵੀਡੀਓ ਬਣਾਉਣ ਲੱਗੇ ਵੀ। ਬੁਰਾ ਹਾਲ ਹੋਇਆ ਪਿਆ ਘਰਾਂ ਦਾ ਵੀ। ਚਲੋ ਆਪਾਂ ਚੱਲੀਏ ਅੰਦਰ, ਹੱਥ ਬੜੇ ਠਰਦੇ ਆ ਜੀ। ਅਤੇ ਮੈਂ ਹੁਣ ਵੇਟ ਕਰਦਾ ਗੁਰਲੀਨ ਦੀ, ਮੈਂ ਗੁਰਲੀਨ ਨੂੰ ਲੈਣਾ ਸੀ ਸਕੂਲ 'ਚੋਂ, ਜੋਬ 'ਤੇ ਜਾਣਾ ਪਹਿਲਾਂ ਪਹਿਲਾਂ ਮੈਂ ਗੁਰਲੀਨ ਨੂੰ ਫੜ ਲਈ ਅਤੇ ਸਨੋਹ ਪੈਣ ਲੱਗ ਗਈ ਸੀਗੀ। ਸਾਡੇ ਨਾਲ ਹੋ ਗਿਆ ਸਕੈਮ, ਸਕੈਮ ਹੋ ਗਿਆ ਬੈਂਕ ਦਾ, ਬੈਂਕ ਦਾ ਸਕੈਮ ਹੋ ਗਿਆ ਸਾਡੇ ਨਾਲ, ਫਰੋਡ ਫਰੋਡ ਹੋ ਗਿਆ, ਆਪਾਂ ਕਹਿੰਦੇ ਫਰੋਡ ਹੋ ਗਿਆ ਹੈ ਨਾ। ਸਕੈਮ ਇੱਦਾਂ ਹੋਇਆ ਵੀ ਸਾਨੂੰ ਆ ਗਿਆ ਮੈਸੇਜ ਇੱਕ ਵੀ ਤੁਸੀਂ ਬਿੱਲ ਨਹੀਂ ਭਰਿਆ ਹੈਗਾ, ਹੈ ਨਾ। ਮੈਸੇਜ ਆਇਆ ਉਹ ਕਹਿੰਦੇ ਵੀ ਤੁਸੀਂ ਉਹ ਨਹੀਂ ਭਰਿਆ ਟੋਲ ਲੱਗਦਾ ਜਿਹੜਾ ਆਪਣੇ ਗੱਡੀ ਦਾ, ਹੈ ਨਾ। ਕਹਿੰਦੇ ਵੀ ਗੱਡੀ ਦਾ ਟੋਲ ਦਾ ਤੁਸੀਂ ਬਿੱਲ ਨਹੀਂ ਭਰਿਆ, ਵੀ ਬਿੱਲ ਭਰੋ, ਹੈ ਨਾ। ਕਾਫੀ ਵਾਰੀ ਆਇਆ, ਪਹਿਲਾਂ ਵੀ ਆਇਆ, ਇੱਕ ਮਹੀਨਾ ਪਹਿਲਾਂ ਫੇਰ ਆਇਆ, ਅਤੇ ਹੁਣ ਜਦੋਂ ਦੁਬਾਰੇ ਆਇਆ ਉਹਨਾਂ ਨੇ ਕਿਹਾ ਵੀ ਤੁਸੀਂ ਜੇ ਹੁਣ ਬਿੱਲ ਨਹੀਂ ਭਰਦੇ ਫਿਰ ਅਸੀਂ ਤੁਹਾਡੇ ਉਹ ਲਾ ਦੇਣੀ ਆ ਉੱਪਰ ਹੋਰ ਪੈਸੇ, ਯਾਨੀ ਕਿ ਵੱਧ ਤੁਹਾਨੂੰ ਪੇ ਕਰਨੇ ਪੈਣਗੇ, ਵੀ ਨਹੀਂ ਬਿੱਲ ਭਰ ਦਿਓ ਆਪਦਾ ਫਟਾਫਟ। ਸਾਨੂੰ ਕਾਹਲੀ ਹੋ ਗਈ, ਹੈ ਨਾ, ਮੈਂ ਵੀ ਜੋਬ 'ਤੇ ਜਾਣਾ ਸੀ, ਬਲਵੀਰ ਦੇ ਵੀ ਟਾਈਮ ਥੋੜ੍ਹਾ ਹੁੰਦਾ, ਮੈਂ ਫਟਾਫਟ ਮੈਂ ਚੱਲ ਬਿੱਲ ਭਰੀਏ, ਅਸੀਂ ਫਟਾਫਟ ਲਿੰਕ 'ਤੇ ਉਹਦੇ SMS 'ਤੇ ਕਲਿੱਕ ਕੀਤਾ ਅਤੇ ਫਟਾਫਟ ਬਿੱਲ ਭਰਨ ਲੱਗ ਗਏ ਅਤੇ ਭਰਤਾ ਜਿਹੜਾ ਕੁਛ ਕਿਹਾ ਉਹਨਾਂ ਨੇ ਉਹ ਕੁਛ ਕਰਤਾ। ਆਪਾਂ ਲਿੰਕ 'ਤੇ ਗਏ, ਸਾਰਾ ਕੁਛ ਕਾਰਡ ਨੰਬਰ ਵਗੈਰਾ ਬੈਂਕ ਦਾ ਸਾਰਾ ਕੁਛ ਡਿਟੇਲ ਸਾਰਾ ਕੁਛ ਭਰਤਾ। ਉਹ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਹੀ ਮੈਸੇਜ ਆ ਗਿਆ, ਜਿਹੜੀ ਆਪਣੀ ਬੈਂਕ ਹੁੰਦੀ ਆ ਉਹਨਾਂ ਨੇ ਮੈਸੇਜ ਪਾਤਾ, ਕਹਿੰਦੇ ਵੀ ਤੁਹਾਡੇ ਪੇਮੈਂਟ ਹੋਈ ਆ, ਉਹ ਕਹਿੰਦੇ ਵੀ ਗੂਗਲ ਪੇ ਰਾਹੀਂ ਪੇਮੈਂਟ ਹੋ ਰਹੀ ਆ, ਵੀ ਤੁਹਾਡਾ ਕੋਈ ਫਰੋਡ ਕਰ ਰਿਹਾ, ਤੁਹਾਡੇ ਨਾਲ ਸਕੈਮ ਹੋ ਰਿਹਾ ਹੈਗਾ। ਕਹਿੰਦੇ ਵੀ ਅਸੀਂ ਪੇਮੈਂਟ ਤੁਹਾਡੀ ਰੋਕਤੀ ਆ, ਵੀ ਤੁਹਾਡਾ ਕਾਰਡ ਵੀ ਅਸੀਂ ਕੈਂਸਲ ਕਰਤਾ, ਵੀ ਤਾਂ ਕਰਕੇ ਤੁਹਾਡੀ ਬੱਚਤ ਹੋ ਜਾਏ, ਨਹੀਂ ਵੀ ਜਿੰਨੇ ਤੁਹਾਡੇ ਖਾਤੇ ਦੇ ਵਿੱਚ ਪੈਸੇ ਨੇ ਸਾਰੇ ਉਹਨੇ ਕੱਢ ਲੈਣੇ ਆ ਉਹਨਾਂ ਨੇ ਨਾ, ਫਰੋਡ ਵਾਲਿਆਂ ਨੇ, ਬੈਂਕ ਖਾਲੀ ਹੋ ਗਈ, ਪੈਸੇ ਸਾਰੇ ਮੁੱਕ ਗਏ, ਹੈ ਨਾ, ਫਰੋਡ ਹੋ ਗਿਆ ਬੰਦੇ ਨਾਲ, ਵੀ ਉਹ ਬਾਅਦ ਦੇ ਵਿੱਚ ਪਤਾ ਲੱਗਣਾ, ਹੈ ਨਾ, ਵੀ ਜਦੋਂ ਪੈਸੇ ਤੁਹਾਡੇ ਕੱਟੇ ਗਏ। ਪਹਿਲਾਂ ਤਾਂ ਬੰਦਾ ਫਟਾਫਟ ਕਰ ਦਿੰਦਾ ਵੀ ਠੀਕ ਹੀ ਹੋਣਾ ਸਾਰਾ ਕੁਛ, ਹੈ ਨਾ, ਜਿੰਨੇ ਬੈਂਕ ਦੇ ਵਿੱਚ ਪੈਸੇ ਨੇ ਤੁਹਾਡੇ ਉੱਡ ਜਾਂਦੇ, ਬਾਅਦ ਦੇ ਵਿੱਚ ਉਹ ਮੈਸੇਜ ਪਾਉਂਦੇ ਵੀ ਭਾਈ ਇਹ ਤਾਂ ਫਰੋਡ ਸੀਗਾ, ਫਿਰ ਆਪਾਂ ਕੀ ਕਰ ਲੈਂਦੇ, ਉਹ ਤਾਂ ਕੁਦਰਤੀ ਨਾ ਸਿਸਟਮ ਵਧੀਆ, ਇਹਨਾਂ ਨੇ ਚੈੱਕ ਕਰ ਲਿਆ ਫਟਾਫਟ, ਉਹ ਰੋਕਤੀ ਪੇਮੈਂਟ, ਉਹਦੇ ਕਰਕੇ ਆਪਣੀ ਬੱਚਤ ਹੋ ਗਈ ਹੈਗੀ। ਵੈਸੇ ਹੁਣ ਕਹਿੰਦੇ ਵੀ ਨਵਾਂ ਕਾਰਡ ਭੇਜਾਂਗੇ ਬੈਂਕ ਵਾਲੇ, ਕਹਿੰਦੇ ਵੀ ਅੱਗੇ ਤੋਂ ਆਪਦਾ ਧਿਆਨ ਨਾਲ, ਵੀ ਇਹ ਫਰੋਡ ਦੇ ਮੈਸੇਜ ਆਉਂਦੇ ਆ, ਇੱਦਾਂ ਤੁਸੀਂ ਇੱਕਦਮ ਉਹਤੇ ਕਲਿੱਕ ਕਰਕੇ ਕੋਈ ਵੀ ਪੇਮੈਂਟ ਨਹੀਂ ਕਰਨੀ ਅੱਗੇ ਤੋਂ। ਮੈਂ ਠੀਕ ਹੈ ਜੀ, ਮੈਂ ਵੀ ਨਹੀਂ ਦੇਖਿਆ ਉਹ 'ਤੇ ਨੰਬਰ ਜਿਹੜਾ ਹੈ ਸੀ, ਉਹ ਵੀ ਨੰਬਰ ਬਾਹਰਲੀ ਕੰਟਰੀ ਦਾ ਸੀ, ਮੈਂ ਫਟਾਫਟ ਕਰਤਾ ਬਸ, ਤਾਂ ਕਰਕੇ ਵੈਸੇ ਬੱਚਤ ਹੋ ਗਈ ਆ, ਪਰ ਇਹ ਫਰੋਡ ਹੋ ਗਿਆ। ਨੋਰਵੇ ਦੇ ਵਿੱਚ ਵੀ ਇੱਦਾਂ ਦੇ ਫਰੋਡ ਹੋ ਜਾਂਦੇ ਹੈਗੇ, ਅਤੇ ਧਿਆਨ ਰੱਖਣ ਦੀ ਲੋੜ ਹੈ, ਜਿੱਥੇ ਵੀ ਬੰਦਾ ਰਹਿੰਦਾ ਫਰੋਡ ਤਾਂ ਸਾਰੀ ਜਗ੍ਹਾ ਚੱਲਦੇ ਆ, ਨਹੀਂ ਹੈਗਾ ਵੀ ਇਹ ਕੰਟਰੀਆਂ ਦੇ ਵਿੱਚ ਨਹੀਂ ਚੱਲਦੇ। ਅਤੇ ਹੁਣ ਆਪਾਂ ਆ ਗਏ ਜੀ ਕੰਮ 'ਤੇ।
ਤੇ ਬਾਕੀ ਦਾ ਵਲੌਗ ਤੁਸੀਂ ਕਰੋ ਇੰਜੋਏ ਭਾਂ ਗੱਡੀ ਖੜਾ ਕੇ ਚੱਲੀਏ ਅੰਦਰ ਆਹ ਨੰਬਰ ਸੀ ਹਨਾ ਪਲੱਸ 62 ਕਿੱਥੇ ਦਾ ਕੋਡ ਹੈ 62 ਤੇ ਆਹ ਵਾਲਾ ਮੈਸੇਜ ਆ ਜੀ ਇਹ ਮੈਸੇਜ ਆਇਆ ਸੀ ਸਾਨੂੰ ਤੇ ਇਹਨੇ ਗੜਬੜ ਕਰੀ ਹੈਗੀ ਇੱਦਾਂ ਲਿਖ ਕੇ ਆਉਂਦਾ ਵੀ ਤੁਹਾਡਾ ਆਟੋ ਪਾਸ ਤੁਹਾਡਾ ਟੋਲ ਦਾ ਹੁੰਦਾ ਵੀ ਟੋਲ ਦੇ ਪੈਸੇ ਤੁਸੀਂ ਭਰੇ ਨਹੀਂ ਹੈਗੇ ਉਹ ਭਰੋ ਇਹ ਲਿੰਕ ਭੇਜ ਦਿੰਦੇ ਨਾਲ ਇਹ 'ਤੇ ਕਲਿੱਕ ਕਰਨਾ ਪਰ ਇਹ 'ਤੇ ਕਲਿੱਕ ਤਾਂ ਆਪਾਂ ਕਰਨਾ ਨਹੀਂ ਬੈਂਕ ਵਾਲੇ ਕਹਿੰਦੇ ਇਹ 'ਤੇ ਕਲਿੱਕ ਨਾ ਕਰਿਓ ਇਹ 'ਤੇ ਕੋਈ ਨਾ ਕਲਿੱਕ ਕਰਿਓ ਜੇ ਕਿਸੇ ਨੂੰ ਆਉਂਦਾ ਨੌਰਵੇ ਦੇ ਵਿੱਚ